ਪੰਜਾਬੀ ਕੁਕਿੰਗ ਮਾਸਟਰ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਟੇਸਟੀ ਬ੍ਰੈਡ ਗੁਲਾਬ ਜਾਮਣ ਬਣਾਉਣ ਲੱਗੇ ਹਾਂ। ਚਲੋ ਮਠਿਆਈ ਤਾਂ ਕਿਸੇ ਖੁਸ਼ੀ 'ਚ ਬਣਦੀ ਹੁੰਦੀ ਹੈ, ਫਿਰ ਵੀ ਆਪਾਂ ਜਦੋਂ ਮਨ ਕਰਦਾ ਉਦੋਂ ਵੀ ਬਣਾ ਕੇ ਖਾ ਸਕਦੇ ਹਾਂ। ਮੈਂ ਤੁਹਾਨੂੰ ਦੱਸਦੀ ਹਾਂ, ਬ੍ਰੈਡ ਗੁਲਾਬ ਜਾਮਣ ਬਣਾਉਣੀ ਬਿਲਕੁਲ ਔਖੀ ਨਹੀਂ ਹੈਗੀ, ਸਭ ਤੋਂ ਸੌਖੀ ਹੈ ਅਤੇ ਬਣਾਉਣੀ ਵੀ ਆਸਾਨ ਹੈ ਅਤੇ ਆਪਾਂ ਘਰ ਦੀ ਗੁਲਾਬ ਜਾਮਣ ਖਾ ਸਕਦੇ ਹਾਂ। ਇਹਦੇ ਵਿੱਚ ਆਪਾਂ ਨੇ ਪਹਿਲਾਂ ਮੈਂ ਬ੍ਰੈਡਾਂ ਨੂੰ ਲੈ ਲਿਆ, ਉਹਦੇ ਇਹ ਆਪਣੇ ਬਰਾਊਨ ਬ੍ਰੈਡ ਲਏ ਹੋਏ ਨੇ। ਇਹ ਮਤਲਬ ਆਪਾਂ ਨੇ 12 ਬ੍ਰੈਡ ਲਏ ਸੀ ਅਤੇ ਜਿਹੜਾ ਆਲੇ ਦੁਆਲੇ ਵਾਲਾ ਪਾਰਟ ਹੁੰਦਾ ਬਰਾਊਨ ਜਿਹਾ, ਉਹ ਆਪਾਂ ਨੇ ਪੀਸ ਉਤਾਰਤਾ ਅਤੇ ਬ੍ਰੈਡ ਵਿੱਚੋਂ ਸੌਫਟ ਸੌਫਟ ਲੈ ਲਏ ਨੇ। ਉੱਪਰਲਾ ਅਤੇ ਨਿਚਲਾ ਪੀਸ ਵੀ ਨਹੀਂ ਇਹਦਾ ਪਾਉਣਾ, ਕਿਉਂਕਿ ਨਾ ਫਿਰ ਉਹ ਗੁਲਾਬ ਜਾਮਣ, ਤੁਸੀਂ ਪੁੱਛਦੇ ਹੋ ਸਾਡੀ ਗੁਲਾਬ ਜਾਮਣ ਤਾਂ ਕੈੜੀ ਹੋ ਗਈ, ਉਹ ਵਿੱਚ ਪਾਰਟ ਨਹੀਂ ਪਾਉਣਾ, ਉਹਦੇ ਨਾਲ ਕੈੜੀ ਹੋ ਜਾਂਦੀ ਹੈ। ਅਤੇ ਜਦੋਂ ਆਪਾਂ ਨੇ ਡੋ ਤਿਆਰ ਕਰਨਾ ਹੈ, ਆਪਾਂ ਨੇ ਬ੍ਰੈਡਾਂ ਦਾ ਚੂਰਾ ਲੈਣਾ, ਦੁੱਧ ਲੈਣਾ, ਦੁੱਧ ਨਾਲ ਹੀ ਆਟਾ ਗੁੰਨਣਾ। ਇਹ ਆਪਾਂ ਨੇ ਚੀਨੀ ਲਈ ਹੈ ਚਾਸ਼ਨੀ ਬਣਾਉਣ ਵਾਸਤੇ, ਸਿਰਫ ਇਹਦੇ ਵਿੱਚ ਦੁੱਧ, ਬ੍ਰੈਡ ਅਤੇ ਚੀਨੀ ਬਸ। ਇਹਦੇ ਨਾਲ ਗੁਲਾਬ ਜਾਮਣ ਤਿਆਰ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਗੈਸ ਬਾਲ ਕੇ ਚਾਸ਼ਨੀ ਤਿਆਰ ਕਰਦੇ ਹਾਂ, ਕਿਉਂਕਿ ਚਾਸ਼ਨੀ ਬਣਾ ਕੇ ਰੱਖ ਦੇਣੀ ਹੈ, ਇਹ ਜ਼ਰੂਰੀ ਨਹੀਂ ਆਪਾਂ ਨੂੰ ਗਰਮ ਚਾਸ਼ਨੀ ਚਾਹੀਦੀ ਹੈ, ਇਹ ਤਾਂ ਠੰਡੀ ਉਹ ਕਰਨੀ ਹੈ। ਆ ਦੇਖੋ ਆਪਾਂ ਨੇ ਇੱਧਰ ਇੱਕ ਭਾਂਡਾ ਲੈ ਲੈਣਾ, ਇਹਦੇ ਵਿੱਚ ਆਪਾਂ ਨੇ ਨਾ ਬਸ ਚੀਨੀ ਜ਼ਿਆਦਾ ਪਾਉਣੀ ਹੈ, ਪਾਣੀ ਘੱਟ। ਇਹ ਇੱਕ ਕੌਲੀ ਪਾਣੀ ਦੀ ਪਾਉਣੀ ਹੈ, ਇਹ ਇੱਕ ਕੌਲੀ ਆ ਚੀਨੀ ਦੀ, ਚੀਨੀ ਦਾ। ਆ ਦੇਖੋ ਆਪਾਂ ਪਾਈ ਆ, ਅੱਧ ਕੁ ਪਾ ਪਾਣੀ ਪਾਵਾਂਗੇ, ਥੋੜ੍ਹੇ ਜਿਹੇ ਹੋਰ। ਆਪਾਂ ਨੇ ਕੀ ਕਰਨਾ, ਜਦੋਂ ਚਾਸ਼ਨੀ ਬਣਾਉਣੀ ਹੈ ਇਹਦੇ ਵਿੱਚ ਆਪਾਂ ਨੇ ਕੋਈ ਤਾਰ ਨਹੀਂ ਦੇਖਣੀ ਹੈਗੀ। ਜਦੋਂ ਮਤਲਬ ਆਪਣਾ ਮਿੱਠਾ ਘੁਲ ਗਿਆ, ਉਦੋਂ ਜਦੋਂ ਬਬਲ ਜਾਣੇ ਸ਼ੁਰੂ ਹੋ ਗਏ, ਉਦੋਂ ਆਪਾਂ ਗੈਸ ਬੰਦ ਕਰ ਦਾਂਗੇ। ਹੁਣ ਆਪਣਾ ਦੇਖੋ ਪਾਣੀ ਗਰਮ ਹੋ ਰਿਹਾ, ਵਿੱਚ ਆਪਾਂ ਨੇ ਚੀਨੀ ਪਾ ਦੇਣੀ ਹੈ, ਇੰਨੇ ਆਪਣੀ ਚਾਸ਼ਨੀ ਬਣੂਗੀ। ਇੰਨੇ ਮੈਂ ਇੱਧਰ ਆਪਣਾ ਡੋ ਤਿਆਰ ਕਰ ਲੈਣਾ। ਹੋਰ ਮੰਮੀ ਤੁਹਾਡਾ ਕੀ ਹਾਲ ਚਾਲ ਆ? ਹਾਂ ਤੁਸੀਂ ਤਾਂ ਦੇਖਣ ਨਹੀਂ, ਫਿਰ ਕੱਲੀ ਦਾ ਮੇਰਾ ਵੀ ਨਹੀਂ ਜੀ ਲੱਗਦਾ, ਐਂ ਹੁੰਦਾ ਵੀ ਉਹਨੂੰ ਪਤਾ ਵੀ ਲੱਗਣਾ ਗੱਲਾਂ ਬਾਤਾਂ 'ਚ ਕਿਵੇਂ ਬਣ ਜਾਣੀਆਂ। ਤਾਰੇ ਮੰਮੀ ਇੱਧਰ ਉੱਧਰ ਦੇਖੀ ਜਾਂਦੇ ਨਾਲ ਨਾਲੇ, ਫਿਰ ਬਾਈ ਜੀ ਪਾਣੀ ਪੀ ਰਹੇ ਨੇ, ਪਤਾ ਨਹੀਂ ਚਾਹ ਪੀ ਰਹੇ, ਉਹ ਵੀ ਆਪਣਾ ਖੇਤਾਂ 'ਚੋਂ ਆ ਕੇ ਉੱਥੇ ਰੈਸਟ ਕਰ ਲੈਂਦੇ ਹੁੰਦੇ ਨੇ, ਦਿਨ ਥੱਲੇ ਛਾਂ ਰਹਿੰਦੀ ਹੈ ਨਾ। ਆ ਦੇਖੋ ਚੀਨੀ ਰਿੱਝਣ ਲੱਗ ਗਈ, ਇੱਧਰ ਪਾਣੀ ਰਿੱਝਣ ਲੱਗ ਗਿਆ, ਚਾਸ਼ਨੀ ਬਣ ਰਹੀ ਆ। ਇੱਧਰ ਦੇਖੋ ਆਪਾਂ ਨੇ ਇੱਕਦਮ ਦੁੱਧ ਨਹੀਂ ਪਾਉਣਾ, ਕਿਉਂਕਿ ਵੱਧ ਘੱਟ ਪੈ ਜਾਂਦਾ, ਆਪਾਂ ਨੇ ਛਿੱਟਾ ਦੇ ਦੇ ਪਾਉਣਾ ਐਂ ਕਰਕੇ, ਐਂ ਦੇਖਣਾ। ਫਿਰ ਆਪਾਂ ਨੇ ਐਂ ਇਹ ਜਿਹੜਾ ਬ੍ਰੈਡਾਂ ਦਾ ਆਟਾ ਇਹ ਦੁੱਧ ਨਾਲ ਹੀ ਗੁੰਨਣਾ। ਜਿੰਨਾ ਪੋਲਾ ਗੁੰਨਾ ਜੀ ਉਨੀ ਪੋਲੀ ਗੁਲਾਬ ਜਾਮਣ ਬਣੂਗੀ, ਜੇ ਆਪਣਾ ਡੋ ਬਾਹਲਾ ਕੈੜਾ ਫਿਰ ਕੈੜੀ ਗੁਲਾਬ ਜਾਮਣ ਬਣੂਗੀ, ਫਿਰ ਵਿੱਚੋਂ ਐਵੇਂ ਉਹ ਨਹੀਂ ਹੋਣੀ। ਇਹਨੂੰ ਆਪਾਂ ਨੇ ਸੌਫਟ ਏ ਤਿਆਰ ਕਰਨਾ, ਜਦੋਂ ਆਪਾਂ ਨੇ ਗੁੰਨਣਾ ਇਹਨੂੰ ਮਲਣਾ ਹੈ। ਦੇਖਣ ਜਮਾ ਹੀ ਪਤਲਾ ਹੋ ਗਿਆ, ਹੁਣ ਇਹਨੂੰ ਤਾਂ ਪੋਲੀ ਬਣੂਗੀ ਗੁਲਾਬ ਜਾਮਣਾਂ ਦੀ। ਹਾਂ ਪਤਲਾ, ਅੱਛਾ ਦੁੱਧ 'ਚ ਕਰ ਲਓ। ਜੇ ਕੈੜਾ ਰੱਖ ਲਿਆ ਫਿਰ ਗੁਲਾਬ ਜਾਮਣ ਵਿੱਚੋਂ ਕੈੜੀ ਹੋ ਜਾਂਦੀ ਹੈ। ਉੱਧਰ ਪਹਿਲਾਂ ਤੇਲ ਧਰਦੀਆਂ ਨੇ, ਜਮੀ ਪਤਲਾ ਹੋ ਗਿਆ ਹੈ ਨਾ, ਫਿਰ ਉਨੀ ਪੋਲੀ ਬਣੂਗੀ। ਆ ਦੇਖੋ ਆਪਣੀ ਚਾਸ਼ਨੀ ਬਣ ਕੇ ਤਿਆਰ ਹੈ, ਬਿਲਕੁਲ।
आपां नीचे तार देनी है, गैस बंद नहीं करना है। फिर हुण आपां इधर ये धर देना, कढ़ाई धर दो, कढ़ाही धर देनी है, घ्यो तेल जो भी तुसीं लैणा इहदे विच गर्म होण वास्ते। इन्ने आपणा इधर डोह बन गया, मैं हुण हत्थ धो के आऊंगी। गर्मी च स्प्रे कर रहा भी तरस आ गया। मैं भी लै दस, मैं गुलाब जामन बना रही, गर्मी गर्मी हो ही पई, हवा चल नहीं रही, मम्मी दूर बैठे ने, हुण की मम्मी ने मेरे तेज तरस आया, मुंडे ते तरस आया, क्योंकि मैं मम्मी के मुंडे वास्ते यार मम्मी वास्ते गुलाब जामन बना रही हूँ, ओहदे पोते वास्ते। मैनू लगदा मेरे लई तां कोई बचनी होनी नहीं। नहीं नहीं नहीं, मम्मी कहते इक छड्ड दांगे, चलो कोई गल नहीं, तेरे लई तां पहला रखना सब कुछ, पहलो तैयार करके तैयार कर। मम्मी कहते तू तां पहला, मैं तां हसदी सी, मैं क्या चलो पता नहीं मम्मी नूं मेरे ते नहीं तरस आया। हुण आपां देखो गुलाब जामना शुरू करदे आ बनाउणियां। आपणा उधर तेल गर्म हो गया, आपां ने हथ नूं घ्यो तेल पानी कुछ भी लाना, ता इहदी जिहड़ी शेप है उह गोल आऊगी। नौरा नी तेरी मनपसंद दा गाना गावां? हांजी हां, मैनू तां गाना आउंदा नी, क्योंकि मैनू सुनने पसंद ने। मम्मी नूं तां मम्मी कहिंदे मैनूं पहले जमाने दा शौक सीगा, मम्मी नूं अपना नचण गाउण दा वी, हसण खेडण दा वी, मम्मी सब च मन परचावे लई अपना अपने भैण भाईआं नाल रल मिल के रहिंदे सीगे, ते मम्मी कहिंदे मैं तेरे नाल शेयर कर लैणी आ। ਮੈਂ ਠੀਕ ਹੈ ਜੀ, ਕਹਿੰਦੇ ਨਾਲੇ ਮਨ ਲੱਗਿਆ ਲੱਗੂ, ਤੇਰੀ ਰੈਸਪੀ ਦਾ ਪਤਾ ਵੀ ਨਹੀਂ ਲੱਗਣਾ ਕਦੋਂ ਬਣ ਗਈ। ਆਓ ਜੀ, ਹੋ ਗਿਆ ਮਾਏ ਨੀ ਪਰਤੀ, ਹੋ ਗਿਆ ਮਾਏ, ਆਓ ਜੀ ਹੋ ਗਿਆ ਮਾਏ ਨੀ ਪਰਤੀ, ਹੋ ਗਿਆ ਮਾਏ, ਬੈਠਾ ਜਾਂਦਾ ਮਾਏ ਨੀ ਵਿੱਚ ਲਾਰੀਆਂ ਦੇ। ਲੇਲਾ ਤੀਏ ਨੀ ਪੀੜਾ, ਲੇਲਾ ਤੀਏ ਤੈਂ ਕੀ ਲੈਣਾ, ਤੀਏ ਨੀ ਨਾ ਲਾਰੀਆਂ ਦੇ। ਚਲੋ ਲੱਗ ਰਿਹਾ ਨੀ, ਚਲੋ ਹੋਰ ਤੂੰ ਸੁਣਾ। ਨਹੀਂ ਮੈਨੂੰ ਆਪ ਸੱਚੀ ਮੈਨੂੰ ਆਉਂਦਾ ਨੀ ਹੈਗਾ ਵੀ, ਐ ਮਤਲਬ ਕੁਛ ਵੀ ਨੀ ਆਉਂਦਾ, ਮੈਂ ਤਾਂ ਕੁਕਿੰਗ ਆਉਂਦੀ ਆ ਇਕੱਲੀ ਬਸ। ਹਰੇਕ ਦੇ ਆਪਦੇ ਸ਼ੌਕ ਹੁੰਦੇ ਨੇ। ਚਲੋ ਇੱਕ ਵਾਰ ਫੇਰ ਰਿਪੀਟ ਕਰ, ਮੈਨੂੰ ਬਹੁਤ ਸੋਹਣਾ ਲੱਗਿਆ। ਹੈ ਆਓ ਜੀ ਹੋ ਗਿਆ ਜਾਂਦਾ ਮਾਏ ਨੀ ਵਿੱਚ ਲਾਰੀਆਂ ਦੇ, ਊੜਾ ਲੈ ਲਾ ਤੀਏ ਨੀ ਪੀੜਾ, ਲੈ ਲਾ ਤੀਏ ਤੈਂ ਕੀ ਲੈਣਾ, ਤੀਏ ਨੀ ਨਾ ਲਾਰੀਆਂ ਤੋਂ। ਆਦਵਿੰਦਰ ਦੇ ਵਿਆਹ ਤਾਂ ਤੁਹਾਨੂੰ ਹੋ ਹੀ ਨਹੀਂ ਰਹਿਣਾ ਹੈਗਾ। ਅਸੀਂ ਕਿੱਧਰ ਹੀ ਜਾਣ ਦਿੰਦੇ, ਇੰਨਾ ਦੱਸਦਾ ਲੈ ਵੀ ਹੁਣ ਇਹ ਵੱਡੀ ਗੁਲਾਬ ਜਾਮਣ ਕਾਹਦੇ ਵਾਸਤੇ ਬਣਾਈ ਆ ਮੈਂ, ਜਿਹੜਾ ਗਾਣਾ ਗਾਇਆ। ਮੰਮੀ ਸਮਝਦਾ ਮੈਂ ਸਮਝਾ ਲਈ, ਕਹਿੰਦੇ ਇਸ਼ਾਰੇ ਕਾਫੀ ਹੁੰਦਾ ਉਹਦੇ ਲਈ। ਮੰਮੀ ਕਹਿੰਦੇ ਇਹ ਗਾਣੇ ਦੇ ਨਾਂ ਦੀ ਗੁਲਾਬ ਜਾਮਣ ਵੱਡੀ ਬਣਾਈ ਆ ਆਪਾਂ ਨੇ, ਬਾਕੀ ਤਾਂ ਆਪਾਂ ਸਾਰੇ ਪੀਸ ਬਰਾਬਰ ਰੱਖੇ ਨੇ। ਹੁਣ ਆਪਾਂ ਨੇ ਗੈਸ ਹੈ ਜਿਹੜਾ ਘੱਟ ਕਰਨਾ, ਕਿਉਂਕਿ ਆਪਣਾ ਤੇਲ ਗਰਮ ਹੋ ਚੁੱਕਿਆ, ਦੇਖੋ ਘੱਟ ਗੈਸ ਤੇ ਬਣਾਉਣਾ ਹੈ। ਗਾਣਾ ਯਾਦ ਆ ਗਿਆ, ਮੇਰੇ ਪਾਪਾ ਜੀ ਫੌਜ ਵਿੱਚ ਸੀਗੇ ਪਹਿਲਾਂ, ਨਾਨਾ ਜੀ ਤੁਹਾਡੇ ਹੈ ਨਾ, ਫਿਰ ਉਹ ਬੀਬੀ ਸਾਡੀ ਕਹਿ ਦਿੰਦੇ ਫੌਜੀ ਛੁੱਟੀ ਆਉਣਾ ਕਦ ਆਉਣਾ ਕਦ ਆਉਣਾ, ਮੈਂ ਵੀ ਛੋਟੀ ਜਿਹੀ ਹੁੰਦੀ ਸੀ ਫਿਰ। ਅੱਛਾ, ਨਾਨੀ ਜੀ ਨਾਨਾ ਜੀ ਤਾਂ ਗਾਉਂਦੇ ਤੇ? ਹਾਂ, ਫਿਰ ਉਹ ਨਾ ਮੈਨੂੰ ਦੱਸਿਆ ਕਰਦੇ ਤੇ, ਫਿਰ ਮੈਂ ਅੱਜ ਮੇਰੇ ਕਿਹਾ ਮੈਂ ਕਿਹਾ ਮੈਂ ਵੀ ਦੇਖਾਂ ਵੀ ਕਰਕੇ ਆਓ ਨੂੰ ਰਾਣੀ ਨੂੰ ਦੱਸੋ। ਫਿਰ ਉਹ ਜਦੋਂ ਕਹਿੰਦੇ ਸੀ ਫਿਰ ਲੋਕਾਂ ਨੇ ਕਹਿਣਾ ਤੁਹਾਡੀ ਬੇਟੀ ਕੀ ਲੱਗੀ ਹੋਈ ਆ, ਵੀ ਕੋਈ ਡਾਕਟਰੀ ਕੋਈ ਕਰਦੀ ਹੈ ਜੋਬ,
गाने गाई जांदे से आप भी उस तरह ही मैनू अज पापा दी याद आ के नाना जी दी तैनू मैं भी आनी नौ राणी नूं गाना दसा देख लो फिर हमेशा ही यादा जुड़िया रहा मां बाप का एक आप दे नहीं दे सकते हाँ मां बाप नहीं कहते अपने बाकी देखो जी मम्मी ने किन्ना सोहना नाना जी याद करके गाना सुनाया फौजियां ते क्योंकि नानी जी भी बहुत वधिया वो सीगे बहुत वधिया आवाज सी उन्हां दी ते अपना अपने गल्लां बातां करदे च कदों गुलाब जामना देखो आपां ने किन्नी वधिया पक गईआं बिलकुल सॉफ्ट हो गए अपन हम इन्होंने चाशनी च पा देना इधर जिहड़ियां इह बन गई अपने चाशनी बिच पा देनियां ने रस भरन वास्ते चाशनी च ना अपनी गुलाब जामन डुबनी चाहीदी है आपां इहनूं काफ़ी टाइम डुबो के रखांगे फिर इहनां च आप ही रस भर जूगा देखो कोई टुटी नहीं कोई भज्जी नहीं बनी है सारी देखो गुलाब जामुन कोई नहीं टुटदी तुसीं इह ना सोचियो वी असीं ने कैड़ा डोर रखना है पोला भी रख सकते हैं क्योंकि खाण नूं हुणे पोलियां होणगियां बाकी जदों इह गुलाब जामुन बन गया आपां ने इहनां नूं वी ऐन ब्राउन करके कढ़णा आपां कच्चियां नहीं कढ़णा मिठी मिठी आंच ते बनाउणा ते बाकी तुहानूं साडी वीडियो किवें लगी उधर स्प्रे भी हो गई मैनूं लगदा निबड़ गया चलो ठीक है जी फिर अपनी वीडियो नू लाइक ते कमेंट करना सब्सक्राइब करना ते वीडियो नू एंड तक ही देखा करना जेडे बच्चे होंगे ने मां बाप ना रेंदे ने ना कि मां बाप बच्चे नाल मैं थोनू एक गल दस दी आ वैसे सच्चाई है एक किसान हुंदा अपने वांगू उहदे चार बेटे हुंदे ने मतलब हुण देखो पहला मां बाप अपने बच्चियां नूं जदों भी पालदा है तां उहदे पालन पोषण दे विच कोई कसर नहीं छड्दा हैगा मां बाप दा प्यार हुंदा है बच्चे लई ते आपणा उहनूं खवाउण पिलाउण पालन दा वी ढंग अलग हुंदा जदों मां अपने बच्चियां नूं पालदी है मां दे चाहे इक बच्चा होवे चाहे चार जां पंज हो फर्क नहीं समझदी वी किहनूं वध खाण नूं देणा किहनूं वध पहनण वास्ते देणा क्योंकि जदों बच्चे पल जांदे ने पढ़ लिख जांदे ने वड्डे हो जांदे ने ते अपने कम्मां कारां ते लग जांदे ने फिर उहनां दे विच उहनां दे घर वालियां आ जांदियां उहनां च थोड़ा जिहा फर्क पै जांदा फर्क क्यों पै जांदा है क्योंकि जिहड़े औलाद हुंदी है उह इक घर च हुंदी है बेटे ला लो जिहड़ियां बहुआं हुंदियां ने अलग अलग घर चों आ जांदियां ने जिवें इक किसान दे चार पुत्तर ने ते चारे बहुआं अलग घर चों आईयां हुंदियां ने फिर उहनां नूं ऐ हो जांदा कि आपां अड्ड हो जाईए वो अपने घर वाले नूं कहिंदे ने फिर वो अपनी मां नूं कहिंदे ने कि साडी जायदाद मां नूं जां बाप नूं वी साडी जायदाद वंड दे इक दिन एवी होया इक किसान दे चार बेटे सी ते चारां ने सलाह कर ली अपने पिता तों बिना कि हुण आपां जायदाद वंड लैणे आ चलो मेन पिंडां दे विच ना इह सरपंच पंच हुंदे ने लंबड़दार हुंदे ने इक पंचायत बुला ली घर दी समझ के पंचायत बुला ली वी घर दे मैंबरां तों इलावा वी आपां अपने घर तो भी ना आप जो पिंड के लोग होंगे भी घर के मैंबर वर्ग ही होंगे ने क्योंकि आप चुन के सरपंच बुलाने तो वह भाइयों ने सलाह कर ली भी चार हिस्से जायदाद के पा लो जिमें 100 वीघे जमीन है वह 25-25 वीघे तो जिमें 400 वीघे तो 100-100 वीघे
ਵੀ ਪ੍ਰਾਪਰਟੀ ਬਰਾਬਰ ਹਿੱਸਿਆਂ ਵਿੱਚ ਵੰਡ ਲੈਣੀ ਹੈ। ਫਿਰ ਇੱਕ ਭਰਾ ਕਹਿੰਦਾ ਵੀ ਬਾਪੂ ਦਾ ਕੀ ਬਣੂਗਾ, ਉਹ ਦੂਜੇ ਕਹਿਣ ਲੱਗੇ ਬਾਪੂ ਦਾ ਕੀ ਕਰਨਾ, ਤਿੰਨ ਮਹੀਨੇ ਤੂੰ ਰੱਖੀ, ਤਿੰਨ ਮਹੀਨੇ ਤੂੰ, ਸਾਲ ਹੋ ਜਾਊਗਾ ਫਿਰ ਆਪਾਂ ਤਿੰਨ ਮਹੀਨੇ ਬਾਅਦ ਵਾਰੀ ਆ ਰਹੇ। ਆਪਸ ਵਿੱਚ ਇੱਕ ਗੱਲ ਕਰ ਲਈ ਜੀ, ਜਦੋਂ ਪੰਚਾਇਤ ਆ ਗਈ ਫੈਸਲਾ ਹੋਣ ਲੱਗਿਆ, ਪੰਚਾਇਤ ਨੂੰ ਕਹਿੰਦੇ ਵੀ ਤੁਸੀਂ ਪ੍ਰੋਪਰਟੀ ਬੰਧੋ, ਬਾਕੀ ਨਾ ਟੈਨਸ਼ਨ ਕਰੋ। ਉਹ ਕਹਿੰਦੇ ਬਾਪੂ ਜੀ ਦਿਓ, ਕਹਿੰਦੇ ਬਾਪੂ ਜੀ ਬਾਰੇ ਤਾਂ ਅਸੀਂ ਖੁਦ ਸੋਚਿਆ ਹੋਇਆ। ਚਲੋ ਜੀ ਫੈਸਲਾ ਪੰਚਾਇਤ ਨੇ ਸੁਣਾਤਾ ਤੇ ਫਿਰ ਬਾਪੂ ਜੀ ਕਹਿਣ ਲੱਗੇ ਵੀ ਤੁਸੀਂ ਚਾਰ ਬੰਦੇ ਨੇ ਤਾਂ ਸਲਾਹ ਲੈਣ, ਮੇਰੀ ਤਾਂ ਸਲਾਹ ਲੈ ਲਓ। ਉਹਨੂੰ ਕਹਿੰਦੇ ਹਾਂਜੀ, ਉਹ ਕਹਿੰਦੇ ਜਦੋਂ ਮੈਂ ਬੱਚੇ ਪਾਲੇ ਸੀਗੇ ਮੈਂ ਤਾਂ ਫਰਕ ਸੋਚਿਆ ਹੀ ਨਹੀਂ ਸੀਗਾ ਵੀ ਮੈਂ ਇਹ ਮੁੰਡੇ ਨਾਲ ਰਹਿਣਾ ਜਾਂ ਇਹ ਮੁੰਡੇ ਨਾਲ ਰਹਿਣਾ। ਫੈਸਲਾ ਫਿਰ ਪੰਚਾਇਤ ਕਹਿਣ ਲੱਗੀ ਕੋਈ ਗੱਲ ਨਹੀਂ, ਆਪਾਂ ਬਾਪੂ ਜੀ ਦੇ ਉਹਦੇ ਨਾਲ ਹੀ ਫੈਸਲਾ ਕਰ ਦਾਂਗੇ। ਫਿਰ ਬਾਪੂ ਜੀ ਕਹਿੰਦੇ ਐਂ ਕਰਦੇ ਹਾਂ, ਜਾਇਦਾਦ ਮੇਰੇ ਨਾਂ ਹੈ, ਮੇਰੇ ਨਾਂ ਹੀ ਰਹਿਣ ਦਿਓ ਆਪਾਂ ਜਾਇਦਾਦ ਦਾ ਨਾਂ। ਫਿਰ ਜਦੋਂ ਬਾਪ ਕਹਿੰਦਾ ਵੀ ਤੂੰ ਫੈਸਲਾ ਤੁਸੀਂ ਨੀ ਸੁਣਾਉਣਾ, ਮੈਂ ਸੁਣਾਉਣਾ। ਚਲੋ ਪੰਚਾਇਤ ਕਹਿੰਦੀ ਵੀ ਤੂੰ ਫੈਸਲਾ ਸੁਣਾ। ਫਿਰ ਬਾਪ ਨੇ ਫੈਸਲਾ ਕਰਿਆ, ਕਹਿੰਦਾ ਮੈਂ ਜਾਇਦਾਦ ਨੀ ਦਊਂਗਾ ਕਿਉਂਕਿ ਜਾਇਦਾਦ ਮੇਰੇ ਨਾਂ ਹੈ, ਮੇਰੇ ਨਾਂ ਹੀ ਰਹਿਣ ਦਿਓ। ਜਿਵੇਂ ਤਿੰਨ ਮਹੀਨੇ ਤੁਸੀਂ ਮੈਨੂੰ ਰੱਖਣਾ ਸੀ ਮੈਂ ਰੱਖ ਲੂੰਗਾ, ਵੀ 3 ਮਹੀਨੇ ਮੈਂ ਇੱਕ ਬੇਟੇ ਨੂੰ ਰੱਖੂੰਗਾ, ਫਿਰ 3 ਮਹੀਨੇ ਤੇ 3 ਮਹੀਨੇ, ਵੀ ਸਾਲ ਦੇ ਵਿੱਚ ਇੱਕ ਬੇਟੇ ਨੂੰ ਮੈਂ 3 ਮਹੀਨੇ ਆਪਣੇ ਨਾਲ ਰੱਖਿਆ ਕਰੂੰਗਾ, 9 ਮਹੀਨੇ ਆਪਣਾ ਇੰਤਜ਼ਾਮ ਕਰ ਲਓ। ਉਹ ਤਾਂ ਹੱਕੇ ਬੱਕੀ ਰਹਿ ਗਏ ਕਿਉਂਕਿ ਨਾ ਉੱਥੇ ਬੱਚਿਆਂ ਨੂੰ ਮਾਂ ਬਾਪ ਤੇ ਭਰੋਸਾ ਨਹੀਂ ਸੀਗਾ। ਵੈਸੇ ਮਾਂ ਬਾਪ ਨੂੰ ਬੱਚਿਆਂ ਤੇ ਭਰੋਸਾ ਰੱਖਣਾ ਚਾਹੀਦਾ, ਕੋਈ ਜਾਇਦਾਦ ਨਹੀਂ ਰੋਟੀ ਦਿੰਦੀ ਹੁੰਦੀ, ਆਪਦਾ ਪਿਆਰ ਦਿੰਦਾ ਹੁੰਦਾ। ਜਦੋਂ ਬਾਪ ਨੇ ਫੈਸਲਾ ਸੁਣਾਇਆ ਤਾਂ ਜਿਹੜੇ ਮਾਂ ਬਾਪ ਸੀਗੇ ਉਹ ਹੱਕੇ ਬੱਕੇ ਰਹਿ ਗਏ, ਬੱਚੇ ਸੱਚ ਸੋਰੀ ਹੱਕੇ ਬੱਕੇ ਰਹਿ ਗਏ ਵੀ ਆਹ ਸਾਡੇ ਨਾਲ ਕੀ ਬਣ ਗਿਆ। ਇਹ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸੀ ਆ ਵੀ ਬੱਚੇ ਮਾਂ ਬਾਪ ਬੱਚੇ ਨਾਲ ਨੀ ਰਹਿੰਦੇ, ਬੱਚੇ ਮਾਂ ਬਾਪ ਨਾਲ ਰਹਿੰਦੇ ਹੁੰਦੇ ਨੇ ਤੇ ਇਹ ਵੰਡ ਵੰਡਾਈਏ ਤਾਂ ਉਦੋਂ ਹੁੰਦੇ ਨੇ ਜਦੋਂ ਕੋਈ ਬਗਾਨਾ ਖੂਨ ਆ ਜਾਂਦਾ, ਬਾਕੀ ਨਹੀਂ ਇਹੋ ਜਿਹਾ ਕੋਈ ਫਰਕ ਨਹੀਂ ਹੈਗਾ। ਕੋਈ ਜ਼ਰੂਰੀ ਨਹੀਂ ਵੀ ਜਾਇਦਾਦ ਨੇ ਰੋਟੀ ਦੇਣੀ ਆ, ਬਸ ਆਪਣਾ ਜਿਹੜਾ ਵੀ ਕੋਈ ਗੁਰੂ ਨਾਨਕ ਦੇਵ ਜੀ ਦਾ ਤਾਂ ਇਹ ਹੁਕਮ ਹੈ, ਕਹਿੰਦੇ ਵੀ ਕੋਈ ਵੀ ਇਨਸਾਨ ਹੈ ਉਹ ਆਪਣੇ ਨਾਲ ਦੋ ਚੀਜ਼ਾਂ ਜ਼ਮੀਨ ਤੇ ਪੈਸਾ ਨਾਲ ਨਹੀਂ ਲੈ ਕੇ ਆਉਂਦਾ, ਨਾ ਹੀ ਨਾਲ ਲੈ ਕੇ ਜਾਂਦਾ। ਜਿਹੜਾ ਇਹ ਘਰ ਪ੍ਰੋਪਰਟੀ ਤੇ ਪੈਸਾ ਹੁੰਦਾ ਨਾ ਇਹ ਵਾਹਿਗੁਰੂ ਦਾ ਹੁੰਦਾ, ਪਰ ਉਹ ਘਰ ਆਪਾਂ ਨੂੰ ਦੇ ਦਿੰਦਾ। ਮੈਨੂੰ ਦੇਖੋ ਇਹ ਘਰ ਦਿੱਤਾ ਵਾਹਿਗੁਰੂ ਨੇ, ਪਹਿਲਾਂ ਹੀ ਕਿਸਮਤ ਚ ਲਿਖਦਾ ਸੀਗਾ ਵੀ ਉਹ ਘਰ ਵਿੱਚ ਜਾਣਾ, ਚਾਹੇ ਉੱਥੇ ਪ੍ਰੋਪਰਟੀ ਵੱਧ ਹੈ ਜਾਂ ਘੱਟ ਹੈ, ਚਾਹੇ ਉੱਥੇ ਤੂੰ ਰੱਜੀ ਰਹੇ ਜਾਂ ਭੁੱਖੀ ਰਹੇ, ਕਰਮਾਂ ਦੇ ਹਿਸਾਬ ਨਾਲ ਘਰ ਮਿਲਦਾ। ਬਾਕੀ ਤੁਹਾਨੂੰ ਤੁਹਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਆਪਾਂ ਫਿਰ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ, ਹੈ ਨਾ। ਹਾਂਜੀ ਠੀਕ ਹੈ, ਬੈਲ ਬਟਨ ਜ਼ਰੂਰ ਦਬਾਉਣਾ, ਮੰਮੀ ਕਹਿੰਦੇ ਬੈਲ ਬਟਨ ਜ਼ਰੂਰ ਦਬਾਉਣਾ। ਬੱਕੜੀ ਕਣੀ ਜਾਏਗਾ।